ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਐਕਸਪ੍ਰੈਸ, ਮੈਂ ਕਰਨਵੀਰ ਸਿੰਘ। ਅਕਸਰ ਹੀ ਆਮ ਲੋਕਾਂ ਵੱਲੋਂ, ਕਿਸਾਨਾਂ ਵੱਲੋਂ ਅਤੇ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਧਰਨੇ ਦਿੱਤੇ ਜਾਂਦੇ ਨੇ ਅਤੇ ਪੁਲਿਸ ਵੱਲੋਂ ਇਹਨਾਂ ਧਰਨਾਕਾਰੀਆਂ ਨੂੰ ਭਜਾਉਣ ਦੇ ਲਈ ਕਦੇ ਪਾਣੀ ਦੀ ਬੁਛਾਰ ਕੀਤੀ ਜਾਂਦੀ ਹੈ ਅਤੇ ਕਦੇ ਲਾਠੀ ਚਾਰਜ ਕੀਤਾ ਜਾਂਦਾ। ਪਰ ਹੁਣ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਧਰਨਾ ਦਿੱਤਾ ਜਾ ਰਿਹਾ। ਦਰਅਸਲ 2 ਨਵੰਬਰ ਨੂੰ 30,000 ਅਦਾਲਤ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਵਕੀਲ ਵਿੱਚ ਪਾਰਕਿੰਗ ਨੂੰ ਲੈ ਕੇ ਇੱਕ ਨਿੱਕਾ ਜਿਹਾ ਝਗੜਾ ਹੋਇਆ ਸੀ ਅਤੇ ਇਹ ਝਗੜਾ ਬਾਅਦ ਦੇ ਵਿੱਚ ਹਿੰਸਾ ਦਾ ਰੂਪ ਧਾਰਨ ਕਰ ਗਿਆ ਅਤੇ 20 ਦੇ ਕਰੀਬ ਵਕੀਲ ਅਤੇ ਪੁਲਿਸ ਵਾਲੇ ਜ਼ਖਮੀ ਹੋਏ। ਅਸਲ ਦੇ ਵਿੱਚ ਇਹ ਧਰਨੇ ਦੀ ਗੱਲ ਉਦੋਂ ਪਹੁੰਚੀ ਜਦੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਕੀਲ ਵੱਲੋਂ ਅਦਾਲਤ ਵਿੱਚ ਆਏ ਪੁਲਿਸ ਮੁਲਾਜ਼ਮ ਉੱਤੇ ਪਹਿਲਾਂ ਕੂਣੀਆਂ ਨਾਲ ਹਮਲਾ ਕੀਤਾ ਜਾਂਦਾ, ਫਿਰ ਉਸਦੇ ਥੱਪੜ ਮਾਰਿਆ ਜਾਂਦਾ ਅਤੇ ਬਾਅਦ ਵਿੱਚ ਹੈਲਮਟ ਨਾਲ ਉਸ ਉੱਤੇ ਹਮਲਾ ਕੀਤਾ ਜਾਂਦਾ। ਸ਼ਨੀਵਾਰ ਨੂੰ 30,000 ਕੋਰਟ ਕੰਪਲੈਕਸ ਵਿੱਚ ਹੋਏ ਟਕਰਾਅ ਵਿੱਚ 20 ਪੁਲਿਸ ਮੁਲਾਜ਼ਮ ਅਤੇ ਕਈ ਵਕੀਲ ਫੱਟੜ ਹੋ ਗਏ ਸਨ, ਜਿਸ ਤੋਂ ਬਾਅਦ ਵਕੀਲਾਂ ਉੱਤੇ ਕੋਈ ਕਾਰਵਾਈ ਨਾ ਹੋਣ ਕਰਕੇ ਦਿੱਲੀ ਪੁਲਿਸ ਨੂੰ ਆਪਣੇ ਹੀ ਮੁਲਾਜ਼ਮਾਂ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਗਿਆ। ਹਜ਼ਾਰਾਂ ਮੁਲਾਜ਼ਮਾਂ ਨੇ ਪੁਲਿਸ ਹੈੱਡਕੁਆਰਟਰ ਦੇ ਬਾਹਰ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਧਰਨਾ ਮਾਰ ਦਿੱਤਾ। ਸਵੇਰੇ ਸ਼ੁਰੂ ਹੋਇਆ ਇਹ ਧਰਨਾ ਕਾਫ਼ੀ ਘੰਟੇ ਤੱਕ ਜਾਰੀ ਰਿਹਾ ਅਤੇ ਦੇਰ ਰਾਤ ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਅਤੇ ਇਨਸਾਫ਼ ਦੇ ਭਰੋਸੇ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਧਰਨੇ ਨੂੰ ਖਤਮ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਇੰਡੀਅਨ ਪੁਲਿਸ ਸਰਵਿਸ ਨੇ 30,000 ਕੋਰਟ ਵਿੱਚ ਦਿੱਲੀ ਪੁਲਿਸ ਉੱਤੇ ਹਮਲਾ ਕਰਨ ਵਾਲੇ ਵਕੀਲਾਂ ਦੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰ ਰਹੇ ਮੁਲਾਜ਼ਮਾਂ ਨੂੰ ਮਨਾਉਣ ਲਈ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਦਫ਼ਤਰ ਤੋਂ ਬਾਹਰ ਆਏ ਅਤੇ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। जो हमारे साथी थे, चाहे वो बटालियन के थे चाहे नॉर्थ जिले के थे, जब अभी मीटिंग में बात हुई तो स्पेशल कमिश्नर ऑफ पुलिस और जॉइंट कमिश्नर ने बताया कि उन जो हमारे घायल साथी हैं उनके इलाज का पूरा ध्यान रखा जा रहा है। और ये मैं आपको आश्वस्त करता हूं कि जो उनका बेस्ट इलाज पॉसिबल है वो किया जाएगा, चाहे जॉइंट कमिश्नर ऑफ पुलिस नॉर्दर्न रेंज हो, उनका उनसे उनके परिवार वालों से सभी सीनियर ऑफिसर्स संपर्क में हैं, उनसे मिले भी हैं और उनका बेस्ट इलाज किया जा रहा है, ये मैं आपको अपनी तरफ से भरोसा दिलाता हूँ। पटनायक ने कहा कि सानू अनुशासित फोर्स होने वर्गा व्यवहार करना चाहिए, ਸਰਕਾਰ ਅਤੇ ਲੋਕ ਪੁਲਿਸ ਤੋਂ ਕਾਨੂੰਨ ਦੀ ਰਾਖੀ ਦੀ ਆਸ ਕਰਦੇ ਨੇ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਡਿਊਟੀ 'ਤੇ ਪਰਤ ਕੇ ਇਸ ਨੂੰ ਨਿਭਾ ਦਈਏ। ਕਮਿਸ਼ਨਰ ਨੇ ਕਿਹਾ ਹੈ ਕਿ ਮਾਮਲੇ ਬਾਰੇ ਜੁਡੀਸ਼ੀਅਲ ਜਾਂਚ ਚੱਲ ਰਹੀ ਹੈ ਅਤੇ ਭਰੋਸਾ ਰੱਖਣਾ ਚਾਹੀਦਾ। ਜ਼ਖਮੀਆਂ ਨੂੰ ਘੱਟੋ ਘੱਟ 25,000 ਰੁਪਏ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਕਮਿਸ਼ਨ ਨੇ ਇਸ ਮੌਕੇ ਮੁਲਾਜ਼ਮਾਂ ਨੂੰ ਪੂਰੀ ਨਿਰਪੱਖਤਾ ਨਾਲ ਭਰੋਸਾ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਕ ਔਰਤ ਕਾਂਸਟੇਬਲ ਨੇ ਕਿਹਾ ਹੈ ਕਿ ਜ਼ਖਮੀਆਂ ਦੀ ਕਿਸੇ ਵੀ ਅਧਿਕਾਰੀ ਅਤੇ ਸਿਆਸੀ ਆਗੂ ਨੇ ਬਾਤ ਨਹੀਂ ਪੁੱਛੀ। ਉਹਨਾਂ ਨੇ ਦੂਜੇ ਸੂਬਿਆਂ ਦੇ ਪੁਲਿਸ ਮੁਲਾਜ਼ਮਾਂ ਨੂੰ ਵੀ ਹਮਾਇਤ ਕਰਨ ਦੀ ਮੰਗ ਕੀਤੀ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ, ਪਰ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਹੈ, ਇਸ ਲਈ ਦਿੱਲੀ ਸਰਕਾਰ ਨੇ ਇਸ ਮਸਲੇ ਉੱਤੇ ਸਿਰਫ ਇੰਨਾ ਹੀ ਬਿਆਨ ਦਿੱਤਾ ਕਿ ਉਹ ਇਸ ਪੂਰੀ ਘਟਨਾ ਦੀ ਨਿੰਦਾ ਕਰਦੀ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਸੰਬੰਧੀ ਜਵਾਬ ਮੰਗਿਆ। ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਅਧਿਕਾਰੀਆਂ ਅੱਗੇ ਇਸ ਮਸਲੇ ਨੂੰ ਲੈ ਕੇ 10 ਸ਼ਰਤਾਂ ਰੱਖੀਆਂ ਨੇ ਤਾਂ ਜਾ ਕੇ ਉਹਨਾਂ ਨੇ ਧਰਨੇ ਨੂੰ ਹਟਾਇਆ। ਪਹਿਲੀ ਮੰਗ ਹੈ, ਦੂਸਰੀ ਮੰਗ ਵਕੀਲ ਜਾਂ ਜੋ ਵੀ ਲੋਕੋ ਨੇ ਪੁਲਿਸ ਅਫਸਰ ਕੇ ਸਾਥ ਮਿਸ ਕੀਆ ਕੀਆ ਹੈ, ਉਸ ਗਲਤੀਆਂ ਕੀ ਹੈ, ਉਨਕੇ ਖਿਲਾਫ ਪ੍ਰੋਪਰ ਸੈਕਸ਼ਨਸ ਮੇਂ, ਸਬ ਸੈਕਸ਼ਨਸ ਮੇਂ FIR ਹੋ ਔਰ ਪ੍ਰੋਪਰ ਐਕਸ਼ਨ ਹੋ। ਉਨਕੇ ਦਬਾਵ ਕੀ ਵਜ੍ਹਾ ਸੇ ਐਸਾ ਨਾ ਹੋ ਕਿ ਭਾਈ ਜੁਡੀਸ਼ਰੀ ਕਾ ਔਰ ਬਾਰ ਐਸੋਸੀਏਸ਼ਨ ਕੇ ਦਬਾਵ ਮੇਂ ਪੁਲਿਸ ਅਫਸਰ ਕੋ ਬਲੀ ਕਾ ਬੱਕਰਾ ਬਣਾ ਦੇ, ਵੋ ਨਹੀਂ ਹੋਗਾ। ਔਰ ਛੋਟੀ ਮੰਗ ਹੈ ਹਮਾਰੀ, ਜਿਸ ਤਰ੍ਹਾਂ ਸੇ ਵਕੀਲੋਂ ਕੇ ਲੀਏ ਪ੍ਰੋਪਰ ਟ੍ਰੀਟਮੈਂਟ ਕੀ, ਪ੍ਰੋਪਰ ਕੰਪਨਸੇਸ਼ਨ ਕੀ, ਜੋ ਹਾਈਕੋਰਟ ਨੇ ਵੀ ਕਹਾ ਹੈ ਔਰ ਗਵਰਨਮੈਂਟ ਨੇ ਵੀ ਕਹਾ, ਦਿੱਲੀ ਗਵਰਨਮੈਂਟ ਨੇ, ਉਸ ਤਰ੍ਹਾਂ ਸੇ ਯੇ ਸਭ ਫੈਸਿਲਿਟੀਜ ਮੈਡੀਕਲ ਕੀ ਔਰ ਕੰਪਨਸੇਸ਼ਨ ਕੀ ਹਮਾਰੇ ਇੰਜਰਡ ਪੁਲਿਸ ਅਫਸਰਸ ਕੋ ਵੀ ਮਿਲਨੀ ਚਾਹੀਏ। ਔਰ ਹਮਾਰੀ ਸਬਸੇ ਮੇਨ ਮੰਗ ਹੈ, ਕਿਉਂਕਿ ਹਮ ਰੋਜ਼ ਇਸ ਤਰ੍ਹਾਂ ਸੇ ਡਿਸਿਪਲਿਨ ਫੋਰਸ ਮੇਂ, ਹਮ ਰੋਜ਼ ਐਸੇ ਇਕੱਠਾ ਨਹੀਂ ਹੋ ਸਕਤੇ, ਇਸਲੀਏ ਹਮਾਰੀ ਮੰਗ ਹੈ ਕਿ ਇੱਕ ਪ੍ਰੋਪਰ ਹਮਾਰੇ ਵੈਲਫੇਅਰ ਕੇ ਲੀਏ ਪੁਲਿਸ ਵੈਲਫੇਅਰ ਯੂਨੀਅਨ ਹੋਣੀ ਚਾਹੀਏ। ਔਰ ਯਦਿ ਭਵਿਸ਼ਯ ਮੇਂ ਦੁਬਾਰਾ
किसी कोर्ट में जाते टाइम यूनिफॉर्म में विदाउट यूनिफॉर्म उनके साथ लॉयर्स या बाकी एसोसिएशन बदतमीजी करती है, मिसबिहेव करती है, तो हमें दबाने की बजाय प्रॉपर स्ट्रिक्ट एक्शन होना चाहिए और इमीडिएट होना चाहिए। और हमारी मांग है कि जो आज हम लोग अपने काम को छोड़ के ड्यूटी से इधर आए हैं, तो ऐसा ना हो कि जो प्रोटेस्ट कर रहे हैं इनके खिलाफ बाद में एक्शन हो, डिपार्टमेंटल हो, किसी के खिलाफ किसी तरह का कोई एक्शन नहीं होना चाहिए। और इसके अलावा यदि कोई और मांग है तो आप लोग बताओ, उसके बाद प्रॉपर आश्वासन, लिखित आश्वासन के बाद हम इसको शांति से और प्रॉपर तरीके से इसको हम डिस्कस करेंगे। धरना दे रहे पुलिस मुलाजमान ने अपने उच्च अधिकारियों के सामने 10 शर्त रखी ने, जिन्हों विचों एक शर्त एसोसीएशन कायम करने की भी है। उन्होंने कहा है कि पुलिस मुलाजमान को पेश आ रही समस्यावां और होर मुद्दों बारे एक एसोसीएशन बनी होनी चाहिए है, इस राही वो अपन मुश्किल उच्च अधिकारियों तक पहुँचा सकते हैं। केंद्र सरकार दिल्ली में पुलिस मुलाजमान के धरने उत्ते लगातार नज़र रखी आ रही है। केंद्रीय गृह मंत्रालय ने 30,000 अदालत में वकीलों के पुलिस विचाले हुए टकराव संबंधी रिपोर्ट भी मंगी है। दोवें धिरां भी बराबर दी हन ते गल भी मान सन्मान दी है। लोगों की रक्षा करने वाली पुलिस नूं हुण खुद की रक्षा लई धरने देने पै रहे हैं। हुण इस उत्ते अदालत, दिल्ली सरकार ते पुलिस अधिकारी की फैसला लैंदे ने, यह देखने वाला होगा।